ఇది సాధారణది హస్తి లేదా కేసేదా మంద లూచం తనత ఉపర భారం శరీర దక్కే చేరే దక్కే తన కిసన మిల్దా ఏ మోతి చీజ హై ఓ నీ మిల్దా తే ఫేర్ మందే ఖ్యాల్ కే మిల్నే భై మందే ఖ్యాల్ తో బహుత్ సుఖమ హైగే మందే ఖ్యాల్ కే మే బనే ఏ జో కుచ ది సోచదే హై దిన రాత ఓదే అనుసార మన్ ను రంగత్ కర్ది హై మన్ తో గాహ సదా అంతశ్కరణ హై सब कॉन्शियस माइंड जिस चीज का बहुत अभ्यास करिए जिसके ख्याल मुड़ मुड़ के सोचती है वो साढ़े अंतस्करण विच उतरता जाता है और उसे पक्की रंग चढ़ जाती है मन दे तीन हिस्से है एक ओपरा जा एक ओपरा जा जिन आप कहने मेरे नाल ध्यान ना गल कर ਉਪਰੇ ਮਨ ਨਾਲ ਗੱਲ ਕਰਦਾ ਹੈ ਉਹ ਧਿਆਨ ਨਾਲ ਸੁਣ ਮੇਰੀ ਗੱਲ ਉਪਲੇ ਮਨ ਨਾਲ ਅਸੀਂ ਗੱਲ ਕਰਦੇ ਹੈ ਇੱਕ ਫਿਰ ਕਹਿੰਦੇ ਸੀਰੀਅਸਲੀ ਗੱਲ ਕਰ ਤੁਹਾਡਾ ਕਰ ਸੀਰੀਅਸਲੀ ਉਹ ਧਿਆਨ ਨਾਲ ਗੱਲ ਕਰਦੇ ਹੈ ਉਹ ਕਿਤਨਾ ਗੱਲ ਕਰਦੇ ਹੈ ਇਹ ਦੋਨੋ ਤਾਂ ਅਸੀਂ ਸਾਡੇ ਬਸ ਬਸ ਵਿੱਚ ਹੈ ਇੱਕ ਹੋਰ ਮਨ ਹੈ ਉਹ ਬਾਹਰ ਮੁਖੀ ਮਨ ਹੈ ਉਹ ਦੁਨੀਆਂ ਵੱਲ ਦੇਖਦਾ ਹੈ ਉਹਨੂੰ ਆਤਮਾ ਵੱਲ ਚੱਕਣ ਦਾ ਕਦੇ ਖਿਆਲ ਨਹੀਂ ਆਇਆ ਤੇ ਨਾ ਉਹਨੂੰ ਪਤਾ ਹੈ ਉਹ ਤੀਸਰਾ ਮਨ ਜਿਹੜਾ ਹੈਗਾ ਉਹਨੂੰ ਕਹਿੰਦੇ ਹੈ ਉਪਮਨ ਉਹ ਜਿਹੜੀਆਂ ਅਸੀਂ ਲੋਕਾਂ ਦੀਆਂ ਗੱਲਾਂ ਕਰਦੇ ਹੈ ਜਾਂ ਲੋਕਾਂ ਨਾਲ ਵਿਚਾਰਾਂ ਕਰਦੇ ਹੈ ਤਾਂ ਉਹ ਇੱਕ ਸੁਪਰਫਲੂਅਸਲੀ ਅਸਾਂ ਠਾਠਾ ਬਾਗਾ ਜਿਹਨੂੰ ਕਹਿੰਦੇ ਗੁਰਮਨ ਇੱਕ ਲੋਕਾਂ ਨਾਲ ਠਾਠਾ ਬਾਕਾ ਕਰਦੇ ਹੈ ਇੱਕ ਸੀਰੀਅਸਲੀ ਬੜੇ ਦਿਲ ਨਾਲ ਧਿਆਨ ਨਾ ਕਰਦੇ ਹੈ ਇਹ ਤਾਂ ਹੋਏ ਦੋਨੋ ਪੱਖ ਜਿਹੜੇ ਹੈ ਇਹ ਮਾਇਆ ਦੇ ਹੈ ਬਾਹਰ ਮੁਖੀ ਹੈ ਇੱਕ ਅੰਤਰ ਮੁਖੀ ਹੈ ਉਹ ਜਦੋਂ ਅਸੀਂ ਬਾਣੀ ਨੂੰ ਧਿਆਨ ਨਾਲ ਸੁਣਦੇ ਹੈ ਸਾਨੂੰ ਉਹ ਚੋਰਾ ਸੁਣਦਾ ਹੈ ਜਦੋਂ ਸਿਮਨ ਕਰਦੇ ਹਾਂ ਉਹ ਅੰਤਰ ਮੁੱਖ ਹੋ ਜਾਂਦੇ ਹੈ ਜਿਹੜਾ ਮਨ ਸਾਡਾ ਉਪਰੋਂ ਚੜਦਾ ਹੈ ਯਾਨੀ ਆਤਮਾ ਵੱਲ ਨੂੰ ਖਿੱਚਿਆ ਜਾ ਰਿਹਾ ਹੈ ਉਹਨੂੰ ਉਪਮਨ ਕਹਿੰਦੇ ਹੈ ਉਹਨੂੰ ਹਾਇਰ ਮਾਇੰਡ ਕਹਿੰਦੇ ਹੈ ਇੱਕ ਲੋਅਰ ਮਾਇੰਡ ਹੈ ਇੱਕ ਹਾਇਰ ਮਾਇੰਡ ਹੈ ਲੋਅਰ ਮਾਇੰਡ ਚ ਸੁਪਰਫਲੂਅਸ ਮਾਇੰਡ ਹੈ ਇੱਕ ਫਿਲੀਅਸ ਮਾਇੰਡ ਹੈ ਅਟੈਂਟਿਵ ਮਾਇੰਡ ਕਿਉਂ ਧਿਆਨ ਨਾ ਸੁਣੋ ਤੂੰ ਮੇਰੀ ਗੱਲ ਨੀ ਸੁਣੋ ਖੜ ਕੇ ਕਹਿੰਦੇ ਹੈ ਧਿਆਨ ਨਾ ਸੁਣੋ ਉੱਥੇ ਗਲਤੀ ਹੋ ਜੂ ਤੂੰ ਐਂ ਕਰੀ ਦੂੰਗਾ ਜਿਸ ਚੀਜ਼ ਨੂੰ ਅਸੀਂ ਘੋਟਾ ਲਾਉਂਦੇ ਹਾਂ ਉਹ ਸਾਡੇ ਸਭ ਕੋਨਸ਼ੀਅਸ ਮਾਇੰਡ ਚਲੇ ਜਾਂਦਾ ਜਿਹੜਾ ਸਭ ਕੋਨਸ਼ੀਅਸ ਮਾਇੰਡ ਵੀ ਚਲਾ ਗਿਆ ਉਹ ਫਿਰ ਜੇ ਕੱਢਣਾ ਵੀ ਚਾਹੀਏ ਤਾਂ ਨਹੀਂ ਨਿਕਲਦਾ ਕਿਉਂਕਿ ਉਹ ਡੂੰਘਾ ਚਲਾ ਗਿਆ ਉਹ ਤਾਂ ਇਨਗ੍ਰੇਵਡ ਹੋ ਗਿਆ ਇੱਥੇ ਤੁਸੀਂ ਮੇਜ਼ ਦੇ ਉੱਤੇ ਉਂਗਲ ਨਾਲ ਇੱਥੇ ਲਿਖਦੇ ਹੋ ਰਾਮ ਜੋ ਇੱਥੇ ਕੋਈ ਨਿਸ਼ਾਨ ਨਹੀਂ ਪਾਏਗਾ ਜੇ ਦੋ ਵਾਰੀ ਲਿਖੋਗੇ ਚਾਰ ਵਾਰੀ ਲਿਖੋਗੇ ਥੋੜਾ ਜਿਹਾ ਨਿਸ਼ਾਨ ਪੈ ਜਾਏਗਾ ਜੇ ਉਸਨੂੰ ਨੌ ਨਾ ਲਿਖੋਗੇ ਹੋਰ ਉਸੇ ਇੱਕੇ ਲਕੀਰ ਤੇ ਜੇ ਤੁਸੀਂ ਫੇਰੀ ਜਾਓਗੇ ਨੌ ਤਾਂ ਉਹ ਡੂੰਘਾ ਚਲਾ ਜਾਏਗਾ ਜੇ ਛੁਰੀ ਲੈ ਕੇ ਜਾਂ ਚੱਕੂ ਲੈ ਕੇ ਉਹਨੂੰ ਤਾਂ ਅੰਗਰੇਵਡ ਹੋ ਜਾਏਗਾ ਇਹ ਤਾਂ ਫੇਰ ਵੀ ਰੰਡਾ ਮਾਰ ਕੇ ਕਿਤੇ ਲੈ ਲਾ ਸਕਾਂਗੇ ਲੱਕੜ ਨੂੰ ਤਾਂ ਪੱਥਰਾਂ ਤੇ ਅੰਗਰੇਜ਼ ਕੀਤੇ ਨੂੰ ਕੀ ਕਰੋਗੇ ਲੋਹੇ ਤੇ ਅੰਗਰੇਜ਼ ਕੀਤੇ ਨੂੰ ਕੀ ਕਰੋਗੇ ਆ ਸਾਡੇ ਤਾਂ ਪੱਥਰਾਂ ਤੇ ਐ ਮਨਾ ਪੱਥਰਾਂ ਤੇ ਅੰਗਰੇਜ਼ ਕੀਤਾ ਹੋਇਆ ਕੀ ਸਭ ਕੋਨਸ਼ੀਅਸ ਮਾਇੰਡ ਦੇ ਖਿਆਲ ਕੋਈ ਸਾਧਵਾ ਇੱਥੇ ਨੀ ਇਹ ਅੰਗਰੇਜ਼ ਕੀਤਾ ਹੋਇਆ ਕੋੜ ਸਾਡੇ ਨਾਲ ਜਨਮਾਂ ਜਮਾਤਾਂ ਤਾਈ ਜਾਂਦਾ ਹੈ ਕਿਉਂ ਅੰਗਰੇਜ਼ ਕਰਦੇ ਹੋ ਇੱਥੇ ਕਰਨੀ ਕੀ ਅੰਗਰੇਜ਼ ਕਰਨੀ ਕਰਨੀ ਤਾਂ ਰਾਮ ਨਾਮ ਹੈ ਤੇ ਉੱਥੇ ਹੀ ਸਾਧਵਾ ਕੋਈ ਹੈ ਕਿਸੇ ਦਾ ਮਾਇੰਡ ਹੈ ਕਿਸੇ ਦਾ ਚਿੱਤ ਜਿੱਥੇ ਜਿੱਥੇ ਰਾਮ ਨਾਮ ਅੰਗਰੇਜ਼ ਕੀਤਾ ਹੋਵੇ ਜਿੱਥੇ ਰੱਬ ਦਾ ਪਿਆਰ ਗਰੇਬ ਹੋਇਆ ਜੀ ਕਈ ਸਾਧੂ ਸਾਰਿਆਂ ਭਰੀ ਪਾਈ ਆ ਜਾਣ ਬੁੱਝ ਕੇ ਆਪ ਕੀਤੀ ਹੈ ਸਮਝਾਉਂਦੀ ਹੈ ਤੁਹਾਡਾ ਤੁਸੀਂ ਲੋਕ ਇੰਨਾ ਦਿਨ ਰਾਤ ਘੋੜਦੇ ਫਲਾਣੇ ਨਿਆਂ ਕੀਤਾ ਫਲਾਣੇ ਨਿਆਂ ਕੀਤਾ ਫਲਾਣੇ ਨਿਆਂ ਕੀਤਾ ਉਹ ਕਹਿੰਦਾ ਅੰਗਰੇਬ ਹੋ ਜਾਂਦਾ ਹੈ ਜੇ ਤੁਸੀਂ ਲਾਓ ਤਾਂ ਨਹੀਂ ਉਹਦਾ ਇਲਾਜ ਇੱਕੋ ਹੈ ਉਹ ਤਾਂ ਅੰਗਰੇਬ ਕੀਤਾ ਹੋਇਆ ਲੱਕੜ ਤਾਂ ਹੋਈ ਤਾਂ ਉਹ ਤੇ ਤੁਸੀਂ ਰੰਦਾ ਫੇਰ ਕੇ ਆਓ ਰੰਦਾ ਫੇਰ ਕੇ ਸ਼ਾਇਦ ਲਿਖਿਆ ਹੋਵੇ ਉਹ ਵੀ ਪਾਣੀ ਨਾਲ ਟਹਿ ਜਾਏਗਾ
पर जरा एंग्री उकरिया हो ओ नहीं जाना वो तो मुड़के ही चालना पड़ेगा चाल के नमस्कार ही होना पड़ेगा वो तुझे अपना आप देख रहे हैं कि अभी की करते हैं इना ख्याल मुड़ मुड़ के चेते करते हैं चौबीस घंटे मैं मेरी वो मेरी नू मैं नू चौबीस घंटे बाहर हूँ इधरों गोली लग दी है इधरों ताना मिलता है इधरों कुछ किंडा है इधरों कुछ सारा दिन तू मेरे नाय की था और मिंदर सिंह रोनी की है सारे अंदर ख्याल है सारा तू है क्या सी तू है की था यही चल रहा है सारे अंदर अंग्रेज मुर्ख जरा कि मुड़ मुड़ के चेते कर दे मुड़ मुड़ के कोड़ दे अंग्रेज हो गया है हो रहा है बीमारी मरे तो बाद फिर एक बुनियाद लेके आए आज हूं ऐसी बड़ी कंडीशन है हर एक दी और डिफरेंट इसे वास्ते की पिछले जन्म लेके आए सोल्यूशन फिर इसका पिछले जन्म का सोल्यूशन है कंपोजिशन है बनिया होया हर एक का फिर इस जाके सब तो पहला बेबी दे मिटा नहीं सकता जरा पिछले जन्म तो अंग्रेज होया है रंग चढ़िया होया है आत्मा जीव दे मिटा नहीं सकता कोई पर ऐसे मुझे जो बच्चा जमदा है सब तो पहला उस दुनिया बन गई ओरी दुनिया दे मां आ मां तो बाद बाप आंदा फिर भैन भरा आंदे फिर आंदे पहला मां ते मां दा आखर पहला तो ओ सुख दा रब ने बड़ी कृपा कीती के सानू ओ प्राणी भमे वा सब अंतस्करण दे थल्ले चला गया ओ जमा है जरो नु अंतस्करण अच मैं कई दफा के आ कल पक्षी तू इथे हां कल आ रे जिते पर पहाड़ में देखे ओ न दे तहां दी तहां बड़ियां होईयां है तो तीन खबर किन्ने करोड़ा साल तो किसी कोई रंग पिछले जन्म के संस्कार थले पर जो बच्चा जमदा है उतलियां माड़िया मोटिया होंगे ना तो परफ्यूज जी मन दे रंगत ओन भुल जाते ना ओ तेहा भुल जाते ध्यान करो ओ उतो इनोसेंट होके आते कहने बच्चे बड़ा इनोसेंट सारे इनोसेंट बच्चे होंगे ही इनोसेंट की रब ने कृपा की पिछले याद ही नहीं था बच्चे उदो ही याद आ जाए ते ओ फिर की करे ओ स्टार्ट ही गलत हो गए की मेरा कि सानू पिछले भूल गए मेमोरी खाली पिछले जन्म की रह जाती पर अंतस्करण से ओ पई है ओ तो पई है ओ जड़ तो पई है ओ रंगत पई है पर मेमोरी भूल जाती है छोटे छोटे बच्चे गल्ला करते जी मैं पिछले जन्म में फलाना फलानी रोटी थी फलाने का खत्म थी फलाने मेरे बच्चे थे चलो मैं उस स्टेप जाना है उस स्टेप से क्योंकि उन्होंने मेमोरी किसको एक्सेप्शनल केसेस में आमतौर एक जी पिछली मेमोरी सानू रब को ला दिंदा है मेरा बच्चे शायद नहीं था जे सानू पिछली मेमोरी याद है इतने बेअंती सा दुश्मनी बेअंती असी हौके हाए मेरे घोड़े की है मेरे मैल की है मेरे पुत्र की सारे जाल पैंती किन्ने औखे हुई है पिछलियां दुश्मनी खेल सा दुनिया वो पिछली दुनिया ही मुकुन के नो मेमरिया रह कृपा ना तेन भुला दिना इतना याद वो तो तय दे थले पै ਉਹ ਛੱਡੋ ਪਹਿਲਾਂ ਹੁਣ ਭੁੱਲੀ ਗੱਲ